ਸੜਕ ਚੌੜੀ ਕਰੋ, ਕੋਈ ਵਿਰੋਧ ਨਹੀਂ ਆ। ਤੁਹਾਡੇ ਏਰੀਏ ਦੇ ਵਿੱਚੋਂ ਮੈਨੂੰ ਕੱਲ ਦੇ 12 ਫੋਨ ਗਏ ਆ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਕਿ ਜੀ ਤੁਸੀਂ ਸੜਕ ਦਾ ਵਿਰੋਧ ਕਰਦੇ ਆ, ਸੜਕ ਨਹੀਂ ਚੌੜੀ ਹੋਣ ਦਿੰਦੇ ਜੀ, ਉੱਥੇ ਐਕਸੀਡੈਂਟ ਹੁੰਦੇ ਆ ਜੀ, ਉੱਥੇ ਭੀੜ ਬਹੁਤ ਰਹਿੰਦੀ ਆ ਜੀ, ਲੰਘਣਾ ਬਹੁਤ ਮੁਸ਼ਕਿਲ ਆ ਜੀ, ਮੌਤਾਂ ਹੁੰਦੀਆਂ ਜੀ। ਜਾਣੀ ਇਹਨੂੰ ਹੋਰ ਤਰੀਕੇ ਨਾਲ ਗੱਲ ਨੂੰ ਘੁਮਾਇਆ ਜਾ ਰਿਹਾ। ਸੋ ਉਸ ਗੱਲ ਲਈ ਮੈਂ ਉਹਨਾਂ ਨੂੰ ਵੀ ਸਪਸ਼ਟ ਕੀਤਾ, ਤੁਹਾਨੂੰ ਵੀ ਦੱਸ ਦਿੰਦਾ ਵੀ ਸਾਡੇ ਚੋਂ ਕੋਈ ਵੀ ਬੰਦਾ, ਤੁਸੀਂ ਆਏ ਹੋ ਅਸੀਂ ਆਏ ਹੋ, ਇਹ ਸੜਕ ਦੇ ਵਿਰੋਧੀ ਨਹੀਂ ਆ। ਸੜਕ ਬਣਾਓ ਜੀ, ਸਦਕੇ ਬਣਾਓ, ਸੜਕ ਚੌੜੀ ਹੋਣੀ ਚਾਹੀਦੀ। ਅਸੀਂ ਵੀ ਦੇਖਦੇ ਹਾਂ ਸ਼ਹੀਦੀ ਜੋੜ ਮੇਲ ਹੁੰਦੇ ਆ, ਬਹੁਤ ਵੱਡੀਆਂ ਸਮੱਸਿਆਵਾਂ ਆਉਂਦੀਆਂ। ਕਈ ਵਾਰੀ ਅਸੀਂ ਵੀ ਇੱਥੋਂ ਪਟਿਆਲੇ ਤੋਂ ਸਰਹੰਦ ਨੂੰ ਜਾਂਦੇ ਹਾਂ ਤਾਂ ਮਿਲਦਾ 15-15 10-10 ਮਿੰਟ ਰਾਹ ਨਹੀਂ ਮਿਲਦਾ ਵੀ ਆਪਾਂ ਕੋਈ ਗੱਡੀ ਪਾਸ ਕਰਨੀ ਆ, ਸਮੱਸਿਆ ਹੈਗੀ ਆ। ਪਰ ਉਹਦੇ ਲਈ ਇਹ ਨਹੀਂ ਵੀ ਤੁਸੀਂ 26,000 ਦਰਖਤ ਦੀ ਰੁੱਖਾਂ ਦੀ ਬਲੀ ਦੇ ਦਿਓ। ਹੁਣ ਬਾਅਦ ਵਾਰੀ ਵਾਰੀ ਗੱਲ ਆਈ ਆ ਸਕੂਲ ਆ, ਜਦੋਂ ਨਾਲ ਜ਼ਮੀਨ ਨੇ ਕੁਆਇਰ ਕੀਤੀ ਗਈ, ਇਹ ਸੜਕ ਆ ਜਿਹੜੀ ਸਕੂਲ ਦੀ ਕੰਧ ਦੀ ਬਿਲਕੁਲ ਨਾਲ ਵਗ ਜਾਣੀ ਆ, ਤੇ ਸੜਕ ਦੇ ਉੱਤੇ ਜਾਵਾਂ ਸਕੂਲ ਹੋਣਾ, ਕੱਲ ਨੂੰ ਕੋਈ ਵੀ ਜਵਾਕ ਭੱਜ ਕੇ ਬਾਹਰ ਆਊਗਾ ਨਿਕਲੂਗਾ, ਗੱਡੀਆਂ ਕਿੰਨੀ ਤੇਜ਼ੀ ਨਾਲ ਆਉਂਦੀਆਂ, ਤਾਂ ਨੁਕਸਾਨ ਕਿਹਦਾ? ਤਾਂ ਵੀ ਸਾਡਾ ਹੀ ਹੈ। ਸੋ NGT ਨੇ ਪਹਿਲਾਂ ਵੀ 2 ਵਾਰੀ ਇਹਨਾਂ ਨੂੰ ਆਰਡਰ ਕੀਤੇ ਆ ਸਰਕਾਰ ਨੂੰ ਵੀ ਤੁਸੀਂ ਜਿਹੜੇ ਛੋਟੇ ਰੁੱਖ ਆ ਭਾਈ ਉਹ ਕਿਸੇ ਦੂਜੇ ਪਾਸੇ ਖੋਕੇ ਲਾ ਦਿਓ। ਐਸੇ ਜ਼ਿਲ੍ਹੇ 'ਚ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਸਭ ਤੋਂ ਘੱਟ ਰੁੱਖ ਆ ਪੂਰੇ ਪੰਜਾਬ ਦੇ ਵਿੱਚੋਂ। ਤੇ ਦੂਜੀ ਹਦਾਇਤ ਸੀਗੀ ਭਾਈ ਜੇ ਤੁਸੀਂ ਇਹ ਸੜਕ ਚੌੜੀ ਕਰਨੀ ਆ, ਉਦੋਂ ਪਹਿਲਾਂ ਪਾਸੇ ਜ਼ਮੀਨ ਕਵਾਇਰ ਕਰ ਲਓ ਦਰਖਤਾਂ ਦੀ ਖਾਤਰ। ਜਿਵੇਂ ਆਮ ਤੌਰ ਤੇ ਤੁਸੀਂ ਦੇਖੋਗੇ ਜਿਹੜੀ ਬਠਿੰਡਿਓਂ ਜਾਂਦੀ ਆ ਜ਼ੀਰਕਪੁਰ ਨੂੰ, ਚੰਡੀਗੜ੍ਹ ਮੋਹਾਲੀ ਨੂੰ ਸੜਕ ਜਾਂਦੀ ਆ, ਉਹਦੇ ਆਲੇ ਦੁਆਲੇ ਸੜਕ ਜ਼ਮੀਨ ਕਵਾਇਰ ਕਰਕੇ ਰੁੱਖ ਲਾਏ ਗਏ ਆ, ਤਾਂ ਤੁਸੀਂ ਉਸ ਤਰੀਕੇ ਨਾਲ ਸੜਕ ਨੂੰ ਚੌੜੀ ਕਰ ਸਕਦੇ ਆ। ਉਹਨਾਂ ਦਾ ਜਵਾਬ ਦੇਣ ਤੋਂ ਪਹਿਲਾਂ ਹੀ ਇੰਨੀ ਕਾਹਲੀ ਕੀਤੀ ਸਰਕਾਰ ਨੇ, ਪ੍ਰਸ਼ਾਸਨ ਨੇ ਵੀ ਉਹਦੀ ਵੱਢ ਦਿਓ, ਜਦੋਂ ਜਵਾਬ ਦੇਵਾਂਗੇ ਇੱਥੇ ਕੁਛ ਹੋਣਾ ਨਹੀਂ। ਹੁਣ ਅੱਜ ਦੀ ਨਵੀਂ ਇਹਨਾਂ ਨੇ ਮੈਨੂੰ ਦੱਸੀ ਆ ਗੱਲ ਵੀ ਅੱਜ NGT ਨੇ ਦੁਬਾਰਾ ਫਿਰ ਅੱਜ ਦੀ ਤਰੀਕ ਦੇ ਵਿੱਚ ਸਰਕਾਰ ਨੂੰ ਕਹਿਤਾ ਵੀ ਜਿੰਨਾ ਚਿਰ ਤੁਸੀਂ ਇਹਨਾਂ ਦਾ ਕੋਈ ਪ੍ਰਬੰਧ ਨਹੀਂ ਕਰਦੇ, ਇਹਨਾਂ ਰੁੱਖਾਂ ਨੂੰ ਕਦੇ ਹੋਰ ਪਾਸੇ ਖੋਕੇ ਨਹੀਂ ਲਿਜਾਂਦੇ, ਟ੍ਰਾਂਸਪਲਾਂਟ ਨਹੀਂ ਕਰਦੇ, ਉਹਨਾਂ ਚਿਰ ਤੁਸੀਂ ਰੁੱਖ ਨਹੀਂ ਵੱਢ ਸਕਦੇ। ਹੁਣ ਇਹਨਾਂ ਲਈ ਕਾਨੂੰਨ ਇਹ ਧੱਜੀਆਂ ਉਡਾਉਂਦੇ ਆ, ਇਹਨੂੰ ਕੋਈ ਪਰਵਾਹ ਨਹੀਂ ਕਿਸੇ NGT ਦੀ ਕਿਸੇ ਹੋਰ ਦੀ, ਇਹਦਾ ਭਰਾਵੋ ਹੁਣ ਲੋਕ ਹੀ ਇੱਕ ਸਾਡੇ ਕੋਲ ਜ਼ਰੀਆ ਤੇ ਵਸੀਲਾ, ਲੋਕ ਹੀ ਆ 26,000 ਰੁੱਖਾਂ ਦਾ ਕਤਲ ਬਚਾ ਸਕਦੇ। ਹੁਣ ਤੁਹਾਨੂੰ ਹੋਰ ਦੱਸ ਦੇਣਾ ਸਾਡੀ ਜਿਹੜੀ ਆ ਤਾਕਤ ਆ ਇਹਨਾਂ ਨੂੰ ਵਧਾਉਣ ਦੀ ਲੋੜ ਆ। ਆਪ ਚੌਥੇ ਦੀ ਗੱਲ ਆ ਪਰਸੋਂ ਦੀ ਚਟਾਲੇ ਡੱਬਲੀ ਕੋਲ ਹਰਿਆਣੇ ਚ, ਚਟਾਲੇ ਪਿੰਡ ਦੇ ਵਿੱਚ ਬਿਜਲੀ ਬੋਰਡ ਵਾਲਿਆਂ ਨੇ ਕਈ ਮਹੀਨੇ ਲਮਕਾਈ ਰੱਖਿਆ ਕਿਸਾਨਾਂ ਨੂੰ, ਟਰਾਂਸਫਾਰਮ ਸੜ ਗਏ ਉਹਨਾਂ ਦੇ, ਮੱਚ ਗਏ, ਟਰਾਂਸਫਾਰਮ ਨਹੀਂ ਦਿੱਤੇ। ਉਹਨਾਂ ਨੇ ਆ ਕੇ ਇੱਕ ਦਿਨ ਬਿਜਲੀ ਬੋਰਡ ਦਾ ਉਹ ਘੇਰ ਲਿਆ ਸਾਰਾ, ਜਿਹੜਾ ਗ੍ਰਿਡ ਵਾਲਾ ਹਿਸਾਬ ਕਿਤਾਬ ਹੁੰਦਾ, ਘੇਰਿਆ ਨਾਲ ਦੀ ਨਾਲ 10 ਟਰਾਂਸਫਾਰਮ ਮੱਚੇ ਹੋਏ ਸੀਗੇ, 10 ਟਰਾਂਸਫਾਰਮ ਦੇ ਦਿੱਤੇ ਗਏ ਕਿਸਾਨਾਂ। 4 ਦਿਨਾਂ ਬਾਅਦ ਜਿਹੜੇ ਜਿਹੜੇ ਬੰਦੇ ਉੱਥੇ ਗ੍ਰਿਡ 'ਚ ਆਏ ਸੀਗੇ, ਦਫ਼ਤਰ 'ਚ ਆਏ ਸੀ, ਉਹਦਾ ਘਰਾਓ ਕੀਤਾ ਸੀ, ਉਹਨਾਂ ਬੰਦਿਆਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਬੰਦਿਆਂ ਤੇ ਪਰਚਾ ਦਿੱਤਾ। ਪਰਚਾ ਪਤਾ ਕਿਹੜਾ ਦਿੱਤਾ? ਜਿਹੜੇ ਮੁਕੱਦਮਿਆਂ 'ਚ ਜਿਹੜੀਆਂ ਧਰਾਵਾਂ 'ਚ ਉਮਰ ਕੈਦ ਆ, ਜਿਹੜੇ ਆਪਾਂ ਰੌਲਾ ਪਾਉਂਦਾ ਆ ਰਹੇ ਹਾਂ ਨਾ ਵੀ ਨਵੇਂ ਕਾਨੂੰਨ ਜਿਹੜੇ ਕਹਿੰਦੇ ਅਸੀਂ
ਬਸਤੀਵਾਦੀ ਕਾਨੂੰਨ ਖਤਮ ਕਰਤੇ ਸੀ, ਅੰਗਰੇਜ਼ਾਂ ਦੇ ਕਾਲੇ ਕਾਨੂੰਨ ਖਤਮ ਕਰਤੇ। ਇਹ ਉਹਨਾਂ ਦੀ ਆੜ ਦੇ ਵਿੱਚ ਜਿਹੜੀਆਂ ਨਵੀਆਂ ਧਰਾਵਾਂ, ਜਿਹੜੀਆਂ ਨਵੀਆਂ ਸੋਧਾਂ ਹੋਈਆਂ, ਜਿਹੜੇ ਨਵੇਂ ਕਾਨੂੰਨ ਆਏ ਆ, ਉਹਦਾ ਪਹਿਲਾ ਸਾਨੂੰ ਨਮੂਨਾ ਦੇਖਣ ਨੂੰ ਮਿਲ ਗਿਆ ਚੁਟਾਲੇ 'ਚ। ਕਿਸਾਨਾਂ ਦੇ ਉੱਤੇ ਉਹ ਧਰਾਵਾਂ ਲਾ ਦਿੱਤੀਆਂ ਜੀ ਉਮਰ ਕੈਦ ਆ। ਉਮਰ ਕੈਦ ਆਮ ਤੌਰ 'ਤੇ ਕਿੱਥੇ ਹੁੰਦੀ ਹੈ? ਕੋਈ ਕਤਲ ਹੋ ਜੇ, ਕੋਈ ਹੋਰ ਵੱਡੀ ਘਟਨਾ ਵਾਪਰ ਜੇ, ਪਰ ਆਮ ਤੌਰ 'ਤੇ ਆਪਾਂ ਦੇਖੋ ਵੀ ਇੱਕ ਬੰਦਿਆਂ ਨੇ ਟਰਾਂਸਫਾਰਮ ਲੈਣ ਦੀ ਖਾਤਰ ਜੇ ਕਿਸੇ ਬਿਜਲੀ ਬੋਰਡ ਦੇ ਦਫ਼ਤਰ ਦਾ ਘਿਰਾਓ ਕਰਤਾ ਤਾਂ ਧਾਰਾ ਕਿਹੜੀ ਲੱਗੀ ਜੀ? ਤੇ ਕਤਲ ਦੀ ਧਾਰਾ ਆਪਾਂ ਕਹਿੰਦੇ ਹਾਂ। ਉਹ ਧਾਰਾਵਾਂ ਲਾ ਕੇ ਜਾਣੇ ਕਿਸੇ ਵੀ ਤਰੀਕੇ ਨਾਲ ਇਹ ਨਵੇਂ ਕਾਨੂੰਨਾਂ ਨਾਲ ਜਿਹੜੇ ਲੋਕਾਂ ਦੀ ਆਵਾਜ਼ ਹੈ, ਲੋਕ ਇਕੱਠੇ ਹੁੰਦੇ ਆ ਆਪਣੀ ਕਿਸਾਨੀ ਬਚਾਉਣ ਲਈ, ਮਜ਼ਦੂਰਾਂ ਲਈ, ਆਪਣੇ ਹੱਕਾਂ ਲਈ, ਉਹਨਾਂ ਨੂੰ ਕਿਵੇਂ ਦੱਬਣਾ, ਕਿਵੇਂ ਕੁਚਲਣਾ, ਸੰਘਰਸ਼ਾਂ ਨੂੰ ਕਿਵੇਂ ਲੋਕਾਂ ਨੂੰ ਘਰਾਂ 'ਚ ਵਾੜ ਕੇ ਸਾਰਾ ਜਿਹੜਾ ਪ੍ਰਾਈਵੇਟ ਕਰਨ ਆਹ ਸੜਕਾਂ ਦੀ ਗੱਲ ਆਪਾਂ ਕਰਦੇ ਹਾਂ। ਵੱਡੇ ਵੱਡੇ ਹਾਈਵੇ ਬਣ ਗਏ, 25,000 ਕਿੱਲਾ ਰੁਕ ਗਿਆ ਸੜਕਾਂ 'ਚ। ਸਾਡੀ ਉਪਜਾਊ ਧਰਤੀ ਸੜਕਾਂ 'ਚ ਵੀ ਰੁਕੀ ਜਾਂਦਾ ਤੇ ਸਭ ਤੋਂ ਜ਼ਿਆਦਾ ਸਾਡੀ ਜ਼ਮੀਨ ਰੁਕੀ ਰਿਹਾ ਕਲੋਨੀਆਂ 'ਚ, ਜਿਹੜੀਆਂ ਕਲੋਨੀਆਂ ਨੇ। ਸਾਨੂੰ ਇਹਦਾ ਵੀ ਵਿਰੋਧ ਕਰਨਾ ਚਾਹੀਦਾ ਵੀ ਕਲੋਨੀਆਂ ਦੇ ਉੱਤੇ ਪੂਰਨ ਤੌਰ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ ਪੰਜਾਬ ਦੇ ਵਿੱਚ, ਜਿਹੜੀਆਂ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਰੋਜ਼ ਦੀ ਸੈਂਕੜੇ ਹਜ਼ਾਰਾਂ ਏਕੜ ਪੈਲੀ ਆ ਪੰਜਾਬ ਦੀ ਕਲੋਨੀਆਂ 'ਚ ਰੁਕ ਰਹੀ ਆ। ਤੇ ਆਹ ਸੜਕਾਂ ਹਾਈਵੇ ਆਪਣੇ ਖਾਤਰ ਥੋੜ੍ਹੀ ਬਣ ਰਹੇ ਆ। ਆਹ ਖੜ੍ਹ ਜਾਓ 4 ਸਾਲ, 28 ਤੱਕ ਤੁਹਾਨੂੰ ਇੱਥੇ 5 ਕਰੋੜ ਨੂੰ ਕਿੱਲਾ ਵੀ ਨਹੀਂ ਮਿਲਣਾ। ਅੱਜ ਸਾਰੇ ਲਾਂਘੇ ਖੁੱਲ੍ਹ ਜਾਣੇ ਆ, WTO ਦੇ ਸਮਝੌਤੇ ਆ, ਸਾਰੇ ਬਾਘੇ ਟਾਰੀ ਬਾਰਡਰ ਖੁੱਲ੍ਹ ਜਾਣੇ ਆ ਬਾਈ। ਆਹ ਸਾਰਾ ਸਿਰਕੂਟ ਬਣ ਕੇ ਤਿਆਰ ਹੋ ਗਿਆ। ਭੋਖੜਾ ਪਿੰਡ ਆ ਬਠਿੰਡੇ ਜ਼ਿਲ੍ਹੇ ਦਾ, 125 ਕਿੱਲਾ ਪੈਲੀ ਜ਼ਿਮੀਂਦਾਰਾਂ ਨੇ ਕਲੋਨੀ ਕੱਟਣ ਵਾਲੇ ਨੂੰ ਵੇਚਤੀ। ਕਿਸੇ ਨੇ 50 ਲੱਖ ਨੂੰ ਕਿੱਲਾ, ਕਿਸੇ ਨੇ ਕਰੋੜ ਨੂੰ, ਕਿਸੇ ਨੇ 2 ਕਰੋੜ ਨੂੰ, ਕਿਸੇ ਨੇ 3 ਕਰੋੜ ਨੂੰ। ਵਿੱਚੀ ਵੱਡੀਆਂ ਪਾਈਆਂ ਕੋਠੀਆਂ ਜਿਹਦੇ 2-2 ਕਰੋੜ ਰੁਪਇਆ ਲੱਗਿਆ ਸੀਗਾ, ਜਿਹਦੇ ਕੋਈ 1 ਸਾਲ ਜਾਂ 6 ਮਹੀਨੇ ਰਹਿੰਦੇ ਨੂੰ ਹੋ ਗਏ ਸੀ, ਉਹ ਵੀ ਵਿੱਚੀ ਵੇਚ ਕੇ 125 ਕਿੱਲਾ। ਕੋਈ ਰੌਲਾ ਪੈ ਗਿਆ, ਮੈਂ ਉੱਥੇ ਪਾ ਗਿਆ। ਉਹ ਮੈਨੂੰ ਘਰਾਂ ਵਾਲੇ ਪਤਾ ਕੀ ਕਹਿੰਦੇ? ਰੋਣ ਲੱਗ ਗਏ, ਕਹਿੰਦੇ ਬਾਈ ਝੋਲੇ ਭਰੀ ਫਿਰਦਿਆਂ, ਬੈਗ ਭਰੀ ਫਿਰਦਿਆਂ, ਬੋਰੇ ਭਰੀ ਫਿਰਦਿਆਂ ਪੈਸਿਆਂ ਦੇ ਉਹ ਗਾਹਾਂ ਜ਼ਮੀਨ ਹੀ ਨਹੀਂ ਮਿਲਦੀ। ਇਹ ਕੰਮ ਨਾ ਕਰੋ, ਜ਼ਮੀਨਾਂ ਨਾ ਵੇਚੋ, ਇੱਥੇ ਜ਼ਮੀਨ ਕਿਸੇ ਵੀ ਕੀਮਤ ਤੇ ਨਹੀਂ ਮਿਲਣੀ, ਮੇਰੀ ਗੱਲ ਯਾਦ ਰੱਖਿਓ। ਜ਼ਮੀਨਾਂ ਦਿਨੋਂ ਦਿਨ ਘਟ ਰਹੀਆਂ ਨੇ ਤੇ ਲਗਾਤਾਰ ਇਹਨਾਂ ਦੀ ਅੱਖ ਆ ਜਿਹੜੀ ਉਹ ਸਾਡੀਆਂ ਜ਼ਮੀਨਾਂ ਤੇ ਆ। ਇਸੇ ਕਰਕੇ ਕਾਲੇ ਕਾਨੂੰਨ ਆਏ, ਇਹਦਾ ਤਕੜੇ ਰਹੇ ਲੋਕ ਲੜ ਕੇ ਇੱਕ ਵਾਰੀ ਉਹਨੂੰ ਠੱਲ ਪਾ ਗਏ, ਰੋਕ ਗਏ ਹਮਲੇ ਨੂੰ। ਹੁਣ ਇਹ ਟੇਢੇ ਤਰੀਕੇ ਨਾਲ ਆ ਗਏ। ਉੱਥੇ ਮੈਨੂੰ ਇੱਕ ਬੰਦਾ ਦੱਸਣ ਲੱਗ ਗਿਆ, ਕਹਿੰਦਾ ਬਠਿੰਡੇ ਦਾ ਚਰਨਜੀਤ ਸਿੰਘ ਨਾਂ ਦਾ ਬੰਦਾ, ਕਹਿੰਦਾ ਬਾਈ ਤੂੰ ਮੈਨੂੰ ਐਂ ਦੱਸ ਵੀ ਜਿਹੜੇ ਬਾਹਰਲੇ ਇਨਵੈਸਟਰ ਨੇ ਜਿਹੜੇ ਪੈਸਾ ਇਨਵੈਸਟ ਕਰ ਰਹੇ ਆ, ਪੈਸਾ ਲਾ ਰਹੇ ਆ, ਪੰਜਾਬ ਦੇ ਵਿੱਚ ਜ਼ਮੀਨਾਂ ਖਰੀਦ ਰਹੇ, ਕਿੰਨਾ ਕੁ ਹੋਊਗਾ ਹਿਸਾਬ ਲਾ। ਮਹਾਂ ਬਾਈ ਕੀ ਕਹਿ ਸਕਦੇ ਆ? ਕਹਿੰਦਾ ਤੁਸੀਂ ਸੋਚ ਨਹੀਂ ਸਕਦੇ ਇੰਨਾ ਪੈਸਾ ਦਿੱਲੀ, ਗੁਜਰਾਤ, ਮਹਾਰਾਸ਼ਟਰ ਤੋਂ ਆ ਰਿਹਾ ਵੀ ਵੱਧ ਤੋਂ ਵੱਧ ਪੰਜਾਬ ਦੇ ਵਿੱਚ ਜ਼ਮੀਨਾਂ ਖਰੀਦੀਆਂ ਜਾਣ। ਉਹ ਕਹਿੰਦਾ ਵੀ ਜਿੰਨਾ ਬਾਰਡਰ ਏਰੀਆ, ਜਿੰਨੀ ਹੱਦ ਲੱਗਦੀ ਆ ਸਾਡੀ ਰਾਜਸਥਾਨ ਨਾਲ, ਹਰਿਆਣੇ ਨਾਲ, ਹਿਮਾਚਲ ਨਾਲ, ਉਹ ਸਾਰੇ ਏਰੀਏ 'ਚ ਬਹੁਤ ਵੱਡੇ ਪੱਧਰ 'ਤੇ ਜ਼ਮੀਨਾਂ ਖਰੀਦੀਆਂ ਜਾ ਚੁੱਕੀਆਂ। ਤੇ ਸਾਡੇ ਲੋਕ 50 ਲੱਖ ਵੀ ਮਿਲਦਾ ਹੋਵੇ ਭੱਜ ਕੇ ਜਾਂਦੇ ਆ ਵੀ ਲਿਆ ਯਾਰ, ਮੇਰੇ ਪਿੰਡ ਵੀ 2 ਸੜਕਾਂ ਨਿਕਲ ਗਈਆਂ, 50 ਲੱਖ ਰੁਪਇਆ ਕਿੱਲੇ ਦਾ ਮਿਲਿਆ। ਜਿਹਨੂੰ ਤਾਂ ਮਿਲ ਗਿਆ 50 ਲੱਖ, ਜਿਹਦੇ ਬਾਹਣ ਵਧੀ ਸੜਕ ਨਿਕਲ ਗਈ ਉਹਦਾ ਪਾਵੇ ਬਾਗੀਆਂ ਖੁਸ਼ ਹੁੰਦਾ ਫਿਰੇ, ਜਿਹਦੇ ਨਿਕਲੀ ਨਹੀਂ ਉਹ 4 ਦਿਨ ਬਿਮਾਰ ਹੋ ਕੇ ਮੰਜੇ ਦੀ ਪਿਆ ਰਿਹਾ।
ਕਹਿੰਦਾ ਮੇਰੇ ਬਾਹਣ ਵੀ ਕਿਉਂ ਨਿਕਲੀ ਘੁੰਮਾ ਕਿਹਾ ਉਹ ਭੁੱਲ ਜੋ ਤੁਹਾਨੂੰ ਗਿੱਠਾ ਨੀ ਮਿਲਣਾ ਗਿੱਠ ਵੀ ਇੱਥੇ ਬਹੁਤ ਮੈਂ ਰੌਲਾ ਪਾਇਆ ਮੇਰਾ ਪਿੰਡ ਮਹਾਰਾਜ ਪਿੰਡ ਨੇੜੇ ਆ ਬਹੁਤ ਵੱਡਾ ਪੰਜਾਬ ਦਾ ਪਿੰਡ ਹੈ ਕੱਟਣ ਦਾ ਪਿੰਡ ਜਿਹਨੂੰ ਕਹਿ ਦਿੰਦੇ ਮੇਰੇ ਨਾਲ ਪਿੰਡ ਦੇ ਉਹਨਾਂ ਪਿੰਡਾਂ 'ਚ ਮੈਂ ਗਿਆ 5-7 ਪਿੰਡਾਂ 'ਚ ਮਾਂ ਇਕੱਠੇ ਹੋ ਜਾਓ ਪੈਸੇ ਨਾ ਚੱਕੋ ਜ਼ਮੀਨ ਨਾ ਛੱਡੋ ਕਲਹਿਰ ਹੋਣ ਦਿਓ ਨਹੀਂ ਮੰਨੇ ਅੱਗੇ ਆ ਜਾਓ ਸੜਕਾਂ ਬਣਨ ਲੱਗ ਗਈਆਂ ਉਹ ਮਿੱਟੀ ਚੱਕਣ ਲੱਗ ਗਏ ਮੇਰੇ ਅੱਗੇ ਟਿੱਬੇ ਹੈਗੇ ਉੱਧਰ ਲੋਕਾਂ ਨੇ ਜਿਉਂ ਉਹਨਾਂ ਕੋਲ ਜਾਣਾ ਸ਼ੁਰੂ ਕੀਤਾ ਸਾਡਾ ਟਿੱਬਾ ਚੱਕੋ ਸਾਡਾ ਰੇਤਾ ਚੱਕ ਲਓ ਮੈਂ ਕਿਹਾ ਉਹ ਰੁਕ ਜਾਓ ਤੁਹਾਡਾ ਰੇਤਾ ਮੁੱਲ ਲੈਣਗੇ 4700 ਰੁਪਈਏ ਦਾ ਪਾਉਂਦੇ ਟਿੱਪਰ ਟਾਹਾਂ ਠੇਕੇਦਾਰ ਵੀ 4700 ਰੁਪਈਏ ਦਾ ਭਰ ਕੇ ਲਿਆਇਆ ਤੁਹਾਡਾ ਚੱਕਦੇ ਆ ਮੁਫ਼ਤ ਉਹ ਮੈਂ ਪੁੱਛਿਆ ਠੇਕੇਦਾਰ ਨੂੰ ਮੈਂ ਸਾਡੇ ਪਾਸੇ ਤਾਂ ਰੇਤਾ ਹੈਗਾ ਚਲੋ ਬਠਿੰਡੇ ਵਾਲੇ ਪਾਸੇ ਆਹ ਜਲੰਧਰ ਵਾਲੇ ਪਾਸੇ ਹੀ ਕਰਦੇ ਹੋ ਕਹਿੰਦੇ ਬਾਈ 5 ਲੱਖ ਰੁਪਏ ਦਾ ਕਿੱਲਾ ਲੈਂਦੇ ਆ 2 ਫੁੱਟ ਮਿੱਟੀ ਚੱਕਦੇ ਆ ਮੇਰੇ